पिछले एतवार जिला मोगा के पिंड कोकरी कलां के बूटर के रहने वाले नौजवान गुरजंट सिंह का मनीला विच कतल कर दिया गया सी। मनीला विच रह रहे मृतक के रिश्तेदार अते कुछ दोस्त अज उसकी मृतक देह लैके उसके जद्दी पिंड पहुंचे। इस दौरान मृतक के दोस्त हरमिंदर सिंह ने दसाया कि मनीला दे विच पिछले एक दहाके दौरान 2000 तो ज़्यादा पंजाबियों का कतल कर दिया गया अते अजे तक किसी को भी इंसाफ नहीं मिला। इस मौके मृतक के परिवारक मैंबरों ने सरकार तो मांग की है कि विदेशों दी सरकारां नाल गल करके पंजाबियों की जिंदगी सुरक्षित करने लिए यतन किए जाण। जिक्रयोग है कि मनीला विच रह रहे गुरजंट के एक दोस्त की पत्नी नूं कुछ बदमाशा ने अगवा कर लिया सी अते उसकी रिहाई बदले उन्हां कोलों 3,50,000 रुपए की मांग की गई सी अते वह 2,00,000 रुपए बदमाशा नूं दे आए सन, पर जदों अगले दिन गुरजंट अते उसका दोस्त बाकी रहिंदे 1,50,000 रुपए देण गए तां गुरजंट के दोस्त ने पुलिस नूं इस मामले बारे सूचना दे दित्ती सी। दसी गई थां ते पहुंचण तों थोड़ी देर बाद ही पुलिस पहुँच गई अते बदमाशा नूं हिरासत विच लै लिया सी। पुलिस ने गुरजंट नूं गवाह वजों पेश करना सी अते इस बारे बदमाशा नूं जदों पता लगा तां उन्हां ने जमानत ते आउंदिआं ही गुरजंट सिंह नूं गोलियां मार के हलाक कर दिता। ਇਹ ਕੰਮ ਤੇ ਘਰੋਂ ਗਿਆ ਸੀਗਾ ਤੇ ਰਟੇਰਿਆਂ ਨੇ ਉੱਥੇ ਵੀ ਆਉਂਦੇ ਗੁਰਦਾਨੀ ਪੁੱਛੀ ਫਾਲਦੀ ਪੁੱਛੀ ਕੋਈ ਪੈਸਾ ਨਹੀਂ ਹੋਇਆ ਸਿੱਧੀਆਂ ਗੋਲੀਆਂ ਤਿੰਨ ਗੋਲੀਆਂ ਮਾਰੀਆਂ ਉਹਨਾਂ ਨੇ ਅਤੇ ਬਸ ਚਲੇ ਗਏ। ਉਹਦਾ ਹਮ ਸੁਨੇਹਾ ਆਇਆ ਉਹਨੇ ਘਰੇ ਸਾਰਾ ਕੁਛ ਵੀ ਟੁੱਟੇ ਜਾਂਦੇ ਗੁਰਜੰਟ ਸਿੰਘ ਦੇ। ਉਸ ਤੋਂ ਬਾਅਦ ਬਸ ਸਾਡੀ ਸੁਣਾਈ ਕੋਈ ਨਹੀਂ ਹੋ ਰਹੀ, ਨਾ ਸਾਡੀ ਗੌਰਮੈਂਟ ਕਰ ਰਹੀ ਹੈ ਨਾ ਆਰਡਰ ਕਰ ਰਹੀ ਹੈ। ਅਸੀਂ ਆਪਦਾ ਪੂਰਾ ਟੈਕਸ ਦਿੰਦੇ ਹਾਂ ਉੱਥੇ, ਹਰੇਕ ਖਿਡਾਰੀ ਦਾ ਕੰਮ ਹੋਇਆ ਗਲਤ ਕੋਈ ਕੰਮ ਨਹੀਂ ਕਰਦੇ, ਸਾਡੀ ਸੁਣਾਈ ਕੋਈ ਨਹੀਂ ਹੁੰਦੀ। ਜਿਹੜਾ ਮਰਡਰ ਹੋਇਆ ਇਹ ਕਾਫੀ ਚਿਰ ਤੋਂ ਉੱਥੇ ਰਹਿ ਰਿਹਾ ਸੀ ਮਰੀਲਾ ਦੇ ਵਿੱਚ, ਪਰ ਇਹ ਹੈਗਾ ਵੀ ਇਹ ਘਟਨਾ ਨਹੀਂ, ਬਹੁਤ ਘਟਨਾ ਵਾਪਰ ਗਈਆਂ। ਬਾਰਡਰ ਵੀ ਹੋਇਆ, ਮਾਨਸਰ ਪੁਲਿਸ ਹੋਇਆ ਹੈਗਾ, ਇੱਕ ਹਫ਼ਤੇ ਦੇ ਵਿੱਚ ਵਿੱਚ ਹੀ ਇਹ 3 ਜਿਹੜੀਆਂ ਡੇਡ ਬੋਡੀਆਂ ਆਈਆਂ, ਪਰ ਬਹੁਤ ਹੀ ਦਰਦਨਾਕ ਘਟਨਾ ਇਹ ਜਿਹੜੀਆਂ ਕਿ ਸਹਿਣ ਕੀਤੀਆਂ ਜਾਣ ਵਾਲੀਆਂ। ਪਰ ਇਹ ਅਸੀਂ ਮੰਗ ਕਰਦੇ ਹਾਂ ਵੀ ਨਾ ਤਾਂ ਉੱਥੋਂ ਦੀ ਸਰਕਾਰ ਕੁਛ ਕਰ ਰਹੀ ਹੈ, ਅਮਰੀਲਾ ਸਰਕਾਰ ਨਾ ਸਾਡੀ ਸਰਕਾਰ, ਸਰਕਾਰ ਨੂੰ ਚਾਹੀਦਾ ਵੀ ਉਹ ਸਰਕਾਰ ਨਾਲ ਗੱਲ ਕਰਕੇ ਕਿ ਜਿਹੜਾ ਹੈਗਾ ਇਹਨੂੰ ਬੰਦ ਕਰਾਇਆ ਜਾਵੇ, ਤਾਂ ਕਿ ਜਿਹੜੀ ਉੱਥੇ ਸਾਡੇ ਜਿਹੜੇ ਹੈਗੇ ਆ ਸਾਡੇ ਵੀਰ ਬੈਠੇ ਉੱਥੇ, ਉਹਨਾਂ ਦੀ ਜਿਹੜੀ ਸੁਰੱਖਿਆ ਕੀਤੀ ਜਾਵੇ। ਖਬਰਾਂ ਦੀ ਦੁਨੀਆ ਵਿੱਚ ਆਓ ਸਾਡੇ ਨਾਲ, ਕਦੇ ਵੀ ਤੇ ਕਿਤੋਂ ਵੀ ਜੁੜੋ। ਆਪਾਂ ਮਿਲਾਂਗੇ ਫੇਸਬੁੱਕ ਤੇ, ਅਸੀਂ ਦੇਖਾਂਗੇ ਯੂਟਿਊਬ ਤੇ, ਸਾਨੂੰ ਫੋਲੋ ਕਰੋ ਟਵਿੱਟਰ ਤੇ। ਖਬਰਾਂ ਨਾਲ ਜੁੜੇ ਰਹੋ ਦਿਨ ਰਾਤ।